अब कैसे मरो मरण मन माने मर मर जाते दिन राम न जाने अब कैसे मरो मरण मन माने मर मर जाते दिन राम न जाने मरण मर कह सब कोई मरे अमर होए सोई भरोग वीर मर पयाय अंदा दया परमा हृदय परमानंदा दया परमा हृदय परमानंदा Thank you.
खास करके उस पासे जगह भी है सतगुरु के दरबार में
ਸਤਿਗੁਰਾਂ ਦੇ ਖੜਾ ਸਾਹਿਬ ਦੇ ਨਾਲ ਉੱਥੇ ਬਿਰਾਜਮਾਨ ਸੰਗਤਾਂ ਹੋ ਸਕਦੀਆਂ ਨੇ, ਬਾਕੀ ਵੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪਾਂ ਸ਼ਹੀਦਾਂ ਦੀ ਸ਼ਹਾਦਤ ਦੇ ਵਰਤਾਏ ਹਾਜ਼ਰੀ ਭਰਨੀ ਹੈ ਗੁਰੂ ਚਰਨਾਂ ਵਿੱਚ। ਸਾਰੀਆਂ ਸੰਗਤਾਂ ਉਹ ਮਨੋਗਤੀਆਂ ਨੇ ਕਾਗਜ਼ਿਤ ਕਰਕੇ ਆਪਾਂ ਗੁਰਬਾਣੀ ਕਥਾ ਕੀਰਤਨ ਵਿੱਚ ਹਾਜ਼ਰੀ ਭਰੀਏ ਤੇ ਸਾਡਾ ਸਮਾਂ ਤੇ ਸਵਾਸ ਸਫਲੇ ਹੋਣ। ਸਾਰੀਆਂ ਸੰਗਤਾਂ ਮਨੋਵਰਤੀਆਂ ਦੀ ਇਕਾਗਰਤਾ ਦੀ ਇੱਕ ਵਾਰ ਮਿਲ ਕੇ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੀ ਸੰਗਤ ਹਾਜ਼ਰੀ ਵਾਹ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ I'm not afraid of the dark.
ਸਾਲ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੈ
ਸ਼ਹਾਦਤ ਦਿੱਤੀ ਸਿੱਖ ਨੇ, ਸੰਘਰਸ਼ ਹੋਇਆ ਕੌਮ ਦੇ ਵੱਲੋਂ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਰਹਿਮਤ ਹੋਈ ਕਿ ਜਿਸ ਸਿੱਖ ਨੂੰ ਫਾਂਸੀ ਦੇ ਤਖ਼ਤੇ ਤੇ ਟੰਗਿਆ ਜਾ ਰਿਹਾ ਸੀ, ਉਹ ਸਿੱਖ ਦੀ ਫਾਂਸੀ ਰੁਕ ਗਈ। ਮੈਂ ਸਮਝਦਾ ਉਹ ਸਿੱਖ ਦੀ ਸ਼ਹਾਦਤ ਜਿਹੜੀ ਸੀ ਉਹ ਭਾਈ ਜਸਪਾਲ ਸਿੰਘ ਨੇ ਪ੍ਰਾਪਤ ਕਰ ਲਈ। ਭਾਈ ਜਸਪਾਲ ਸਿੰਘ ਦੇ ਖਾਤੇ ਤੋਂ ਸ਼ਹਾਦਤ ਜੋ ਭਾਈ ਰਾਜੂ ਰਾਣਾ ਨੂੰ ਫਾਂਸੀ ਦੇ ਤਖ਼ਤੇ ਤੇ ਟੰਗਿਆ ਜਾਣਾ ਸੀ, ਉਹ ਸ਼ਹਾਦਤ ਭਾਈ ਜਸਪਾਲ ਸਿੰਘ ਨੇ ਆਪਣੀ ਝੋਲੀ ਦੇ ਵਿੱਚ ਪਵਾ ਲਈ। ਅੱਜ ਉਹਨਾਂ ਦਾ ਪੰਜਵਾਂ ਸ਼ਹੀਦੀ ਦਿਹਾੜਾ ਮਨਾ ਰਹੇ। ਨਹੀਂ ਪਰਵਾਹ ਮੌਤ ਦੀ, ਜਿੱਥੇ ਕੌਮ ਦੀ ਗੱਲ ਆ, ਧਰਮ ਦੀ ਗੱਲ ਆ, ਇਮਾਨ ਦੀ ਗੱਲ ਆ, ਔਰ ਜਿਹਨਾਂ ਦੀ ਬਖਸ਼ਿਸ਼ਾਂ ਨੇ ਪਰਮਾਤਮਾ ਦੀਆਂ ਸ਼ਹਾਦਤਾਂ ਵੀ ਐਵੇਂ ਨਹੀਂ ਝੋਲੀ ਪੈਂਦੀਆਂ, ਬੜੇ ਤਰਸਦੇ ਆ, ਪਰ ਸ਼ਹਾਦਤ ਝੋਲੀ ਨਹੀਂ ਪਏ, ਬੜੇ ਤਰਸਦੇ ਆ। ਭਾਈ ਰਾਜੂ ਰਾਣਾ ਦੇ ਤੇ ਕਿੰਨੀ ਵਾਰੀ ਐਲਾਨ ਆ ਚੁੱਕੇ ਆ, ਤੁਸੀਂ ਪੜ੍ਹਦੇ ਸੁਣਦੇ ਗੁਰਮੁਖ ਪਿਆਰੋ, ਕਿੰਨੀ ਵਾਰ ਕੋਈ ਅਪੀਲ ਨਹੀਂ ਕਰਨੀ, ਕੋਈ ਰਹਿਮ ਦੀ ਅਪੀਲ ਨਹੀਂ, ਕੁਝ ਨਹੀਂ, ਔਰ ਨਾ ਹੀ ਮੇਰੀ ਖਾਤਰ ਕੋਈ ਕਰੇ, ਜਲਦੀ ਤੋਂ ਜਲਦੀ ਮੈਨੂੰ ਫਾਂਸੀ ਦਿੱਤੀ ਜਾਵੇ। ਦੇਖੋ ਸ਼ਹਾਦਤ ਨੂੰ ਮੰਗਿਆ ਜਾ ਰਿਹਾ ਪਰ ਅਜੇ ਤੱਕ ਪ੍ਰਾਪਤ ਨਹੀਂ। ਇਹ ਸ਼ਹਾਦਤਾਂ ਵੀ ਐਵੇਂ ਨਹੀਂ ਮਿਲਦੀਆਂ ਸ਼ਹਾਦਤ, ਔਰ ਜਿਹਨਾਂ ਨੂੰ ਪ੍ਰਾਪਤ ਹੋਈਆਂ ਗੁਰਮੁਖ ਪਿਆਰਿਓ, ਬਾਕੀ ਸਭ ਦੁਨਿਆਵੀ ਪਦਾਰਥ ਸਵਾਰਥ ਤੁਸ਼ ਹੋ ਜਾਂਦਾ, ਇਹਨਾਂ ਸ਼ਹਾਦਤਾਂ ਦੇ ਸਾਹਮਣੇ ਸਭ ਚੀਜ਼ਾਂ ਬੌੜੀਆਂ ਹੋ ਜਾਂਦੀਆਂ ਨੇ। ਇਹ ਸ਼ਹਾਦਤ ਦੇ ਸਾਹਮਣੇ ਜੋ ਆਸ਼ਕ ਹੈ ਸ਼ਹਾਦਤ ਕੇ, ਉਹ ਜੀਨਾ ਛੋੜ ਦੇਤੇ ਹੈ, ਖਿਲੋਣਾ ਸਮਝ ਕੇ ਇਸ ਤਨ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਨਾ ਤਾਜੋ ਨਾ ਹੂਰੋ ਕੀ ਹਸਰਤ, ਅਗਰ ਖੁਦਾ ਵੀ ਖੁਦਾਈ ਦੇ ਤੋ ਉਸੇ ਵਾਪਸ ਮੋੜ ਦੇਤੇ ਹੈ, ਗੱਲ ਕੇ ਆਪੋ ਸਦਨਾ। ਸ਼ਹਾਦਤਾਂ ਦੀ ਗੱਲ, ਸ਼ਹੀਦਾਂ ਦੀ ਗੱਲ ਸਿੱਖ ਜਾਗਰ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ, ਦੇਖੋ ਤਦੀਆਂ ਤਵੀਆਂ ਦਾ ਇਤਿਹਾਸ, ਚਰਖੜੀਆਂ ਦਾ ਇਤਿਹਾਸ, ਫਾਂਸੀਆਂ ਦਾ ਇਤਿਹਾਸ, ਉਬਲ ਦੀਆਂ ਦੇਵੀਆਂ ਦਾ ਇਤਿਹਾਸ, ਸ਼ਹਾਦਤਾਂ, ਮੌਤ ਦਾ ਡਰ ਨਹੀਂ ਉੱਥੇ ਗੁਰਮੁਖ ਪਿਆਰਿਓ। ਭਗਤ ਕਬੀਰ ਜੀ ਨੇ ਵੀ ਗੌੜੀ ਰਾਗ ਦੇ ਅੰਦਰ ਵਚਨ ਕਰ ਦਿੱਤੇ, ਅਖਰੀ ਅਰਥ ਲਈਏ ਤਾਂ, ਜਿਹ ਮਰਨਾ ਸਭ ਜਗਤ ਤਰਾਸਿਆ, ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ, ਮਨੁੱਖ ਛੱਡੋ ਜੀਵ ਜੰਤੂ ਦੂਸਰੇ ਵੀ ਗੁਰਮੁਖ ਪਿਆਰੇ, ਕੂਕਰ ਸੂਕਰ ਵੀ ਮੌਤ ਤੋਂ ਡਰਦੇ ਆ, ਭਾਵੇਂ ਸਾਡੀ ਨਿਗਾਹ ਦੇ ਅੰਦਰ ਉਹ ਨਖਿਤ ਜੁਨੀਆਂ ਨੇ, ਪਰ ਮੌਤ ਤੋਂ ਉਹਨਾਂ ਨੂੰ ਵੀ ਡਰ ਲੱਗਦਾ, ਮੌਤ ਦਾ ਡਰ ਹੈ ਹੀ ਐਸਾ, ਉਹ ਵੀ ਜਾਨਵਰ ਵੀ, ਤੁਸੀਂ ਕਿਸੇ ਸੋਟਾ ਕਿਸ ਕੂਕਰ ਕੋਲੇ ਚੁੱਕ ਲਵੋ, ਉਹ ਵੀ ਡਰ ਜਾਂਦਾ ਕਿ ਮਾਰੇਗਾ ਮਾਰ ਨਾ ਦੇਵੇ, ਮੌਤ ਦਾ ਡਰ ਲੱਗਦਾ, ਮੌਤ ਦਾ ਡਰ, ਜਿਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਕਬੀਰ ਸਾਹਿਬ ਕਹਿੰਦੇ ਸਾਨੂੰ ਉਸ ਮੌਤ ਤੋਂ ਡਰ ਨਹੀਂ ਆ, ਅਸੀਂ ਮੌਤ ਨੂੰ ਸਮਝ ਲਿਆ, ਅਬ ਕੈਸੇ ਮਰੋ ਮਰਨ ਮਨ ਮੰਨੇ ਆ, ਮਰ ਮਰ ਜਾਂਦੇ ਜਿਨ ਰਾਮ ਨਾ ਜਾਂਦੇ। ਮਰਦਾ ਕੌਣ ਹੈ, ਸਾਖਤ ਮਰੇ ਸੰਤ ਸਭ ਜੀਵੇ, ਮਰਦਾ ਤੇ ਸਾਖਤ ਦਾ ਜਿਹੜੇ ਰੱਬ ਨੂੰ ਅੱਲਾ ਖੁਦਾ ਨੂੰ ਨਹੀਂ ਜਾਣਿਆ, ਤੇ ਜਿਹੜਾ ਰੱਬ ਅੱਲਾ ਖੁਦਾ ਨੂੰ ਜਾਣ ਕੇ ਰੱਬ ਅੱਲਾ ਖੁਦਾ ਵਿੱਚ ਲੀਨ ਹੋ ਜਾਂਦਾ, ਉਹ ਫਿਰ ਮਰਦਾ ਥੋੜੀ ਹੈ, ਉਹਦੇ ਅਮਰ ਹੋ ਜਾਂਦਾ। ਸਜਦੇ ਮਰੇ ਅਮਰ ਹੋਏ ਸੋਏ, ਕਬੀਰ ਸਾਹਿਬ ਨੇ ਅੱਗੇ ਵਚਨ ਕੀਤੇ, ਕਹਿੰਦੇ ਆਪ ਕੈਸੇ ਮਰੋ ਮਰਨ ਮਨ ਮਾਨੇ ਆ, ਮਰ ਮਰ ਜਾਂਦੇ ਜਿਨ ਰਾਮ ਨਾ ਜਾਣੇ ਆ। ਮਰਮ ਮਰਨ ਕਹਿ ਸਭ ਕੋਈ, ਮੌਤ ਦੀਆਂ ਗੱਲਾਂ ਤੇ ਸਾਡੇ ਹੀ ਕਰਦੇ ਆ, ਪਰ ਸਹਿਜੇ ਮਰੇ ਅਮਰ ਹੋਏ ਸੋਈ, ਅਮਰ ਕੌਣ ਹੁੰਦਾ ਜਿਹੜਾ ਸਹਿਜ ਦੀ ਮੌਤ, ਜਿਹੜਾ ਦੇਸ਼ ਕੌਮ ਧਰਮ ਵਾਸਤੇ, ਜਿਹੜਾ ਹੱਕ ਸੱਚ ਇਨਸਾਫ ਦੇ ਲਈ ਮੌਤ ਲੈਂਦਾ, ਮੌਤ ਪ੍ਰਾਪਤ ਕਰਦਾ, ਜਿਹੜਾ ਬੰਦਗੀ ਦੇ ਰਾਹ ਤੇ ਭਗਤੀ ਦੇ ਰਾਹ ਤੇ ਚੱਲਦਾ ਹੋਇਆ, ਗੁਰਮੁਖ ਪਿਆਰਿਓ, ਦੂਸਰੇ ਦੀ ਖਾਤਰ ਖਾਤਰ ਆਪਣੇ ਮਰਦੀ ਹੈ ਕੁੱਲ ਦੁਨੀਆ, ਖਾਤਰ ਦੂਸਰੇ ਸੂਰਮਾ ਮਰੇ ਕੋਈ ਕੋਈ, ਐਸੇ ਸੂਰਮੇ ਤੇ ਉਹਨਾਂ ਦੀਆਂ ਸ਼ਹਾਦਤਾਂ ਹੀ ਜਿਹੜੀਆਂ ਕੌਮ ਵਿੱਚ ਰੰਗ ਲਿਆਉਂਦੀਆਂ ਨੇ। ਜਦ ਯੁੱਧ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿੱਚ ਉਗਲੇ ਜਾਂ ਸ਼ਾਂਤੀ ਦੇ ਸੋਮੇ ਵਗ ਪੈਂਦੇ, ਜਾਂ ਚਰਬੀ ਢਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ, ਮਿਲਦੇ ਜਦ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ।
ਉਸਰੇ ਜਾਗਨ ਮਸੂਮਾਂ ਦੀ ਢੱਠੀ ਹੋਈ ਕੌਣ ਖਲੋ ਜਾਵੇ। ਸ਼ਹਾਦਤਾਂ ਸ਼ਹੀਦਾਂ ਦੀਆਂ ਗੁਰਮੁਖ ਪਿਆਰਿਓ ਅਜਾਈ ਨਹੀਂ ਜਾਂਦੀਆਂ। ਜਿਨ੍ਹਾਂ ਨੇ ਸ਼ਹਾਦਤਾਂ ਨੂੰ ਸਮਝਿਆ, ਸ਼ਹਾਦਤਾਂ ਨੂੰ ਪ੍ਰਾਪਤ ਕੀਤਾ। ਕਹਿੰਦੇ ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਏ। ਅਬ ਕੈਸੇ ਵਰੋ ਮਰਨ ਮਨ ਮਾਨਿਆ, ਮਰਨਾ ਜਾਂਦੇ ਜਿਨ ਰਾਮ ਨਾ ਜਾਣਿਆ। ਜਿਵੇਂ ਪਹਿਲਾਂ ਕਬੀਰ ਸਾਹਿਬ ਨੇ ਇਸੇ ਸ਼ਬਦ ਵਿੱਚ ਬਦਲ ਕੀਤੇ ਆ ਤੇ ਕਹਿ ਦਿੰਦਾ, ਕਹੋ ਕਬੀਰ ਮਨ ਭਇਆ ਆਨੰਦ, ਆਨੰਦ ਹੀ ਆਨੰਦ ਗਿਆ ਭਰਮ ਰਹਿਆ ਪਰਮਾਨੰਦ। ਕਹਿੰਦੇ ਮੈਨੂੰ ਮੌਤ ਦਾ ਡਰ ਨੀ, ਜਿਹੜੀ ਮੌਤ ਤੋਂ ਸੰਸਾਰ ਡਰਦਾ ਨਾ, ਮੈਂ ਤੇ ਮੰਗਦਾ। ਕਬੀਰ ਸਾਹਿਬ ਕਹਿੰਦੇ ਜਿਸ ਮਰਨਾ ਤੇ ਜਗ ਡਰਿਆ, ਮੇਰਾ ਮੰਨਿਆ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ। ਕੀ ਬਦਲ ਸਾਰੇ ਦੱਸਣਾ ਸਾਥੀ ਕਰਿਓ, ਜਿਹੜੀ ਮੌਤ ਤੋਂ ਡਰੇ ਜਗ ਸਹੀ ਹੈ ਪੂਰਾ ਆਤਮ ਜਨ ਸਗਲ ਵੱਧ ਜਾ ਕਰ ਸਾਧੂ
ਕਿਸੇ ਭਾਈ ਸੁਖੇਂਦ ਸਿੰਘ ਸਰਦਾਰ ਸਿੰਘ ਦਾ ਜੀਵਨ ਪੜ੍ਹੀਏ ਤਾਂ ਦੇਖੋ ਚਰਚ ਸਿੰਘਾਂ ਤੇ ਕਹਿੰਦੇ ਉਹ ਸੂਰਮੇ ਪਰ ਡੋਲੇ ਨਹੀਂ ਬੜਾ ਵੀਰ ਘਰਾਣਾ ਸੀ ਕਈ ਮਰਬਿਆਂ ਦੇ ਮਾਲਕ ਸਨ ਭਾਈ ਸਵੇਗ ਸਿੰਘ ਲਾਹੌਰ ਦੇ ਕੋਤਵਾਲ ਸਨ ਜਗਰੀਆ ਖਾਨ ਦੇ ਸਮੇਂ I'm not afraid of the dark.
ਮੇਰੇ ਜ਼ਿਲ੍ਹੇ ਦੀ ਰਹਿੰਦੀ
ਜੀ ਜੀ ਗੁਰਦਾਸ ਪੁਰ ਦੀ ਅਸੀਂ ਇਸ ਨਵੇਂ ਸਾਲ ਪਿਆ ਹੁਣ ਮਾਲਕ ਦਾ ਮਹੀਨਾ ਚੱਲਦਾ ਦੋ ਕੁ ਮਹੀਨੇ ਪਹਿਲਾਂ ਨਵੇਂ ਸਾਲ ਵਾਲੇ ਦਿਨ ਮੈਂ ਦੇਵ ਜੀ ਬਿਠਾ ਪਟਨਾ ਸਾਹਿਬ ਦੀ ਜਨਮ ਦੇਣਾ ਤੱਕ ਸਾਹਿਬ ਜੀ ਬਣਾਉਣ ਬਿਨਾਂ ਕਿਸੇ ਕਸੂਰ ਤੋਂ ਰਾਹ ਵਿੱਚ ਡੱਕ ਕੇ ਸੱਤ ਬਵੰਜਾ ਪਾਠ ਕੇ ਚਲੋ ਗੁਰਦਾਸਪੁਰ ਸਿਰ ਮੈਂ ਡੱਕ ਦਿਓ ਜਿਹੜੀਆਂ ਨਵੀਆਂ ਦੇ ਕਰੀ ਹੈ ਕਿਰਪਾ ਕੀਤੀ ਸਫਰੀਆਂ ਤੁਸੀਂ ਪੰਜ ਨੇ ਹਮਲਾ ਮਾਰਿਆ ਜੈ ਸਭਾ ਬਰੇਟੀਆਂ ਮੰਗੀਆਂ ਸੀ ਪੰਜ ਨੇ ਨਕਲੀ ਪੰਜ ਦੀਆਂ ਹਰਿਆਣੇ ਦਾ ਹੱਕ ਹਰਿਆਣੇ ਨੂੰ ਮਿਲੇ ਰਾਜਸਥਾਨ ਦਾ ਰਾਜਸਥਾਨ
ਦਿੱਲੀ ਦਾ ਦਿੱਲੀ ਨੂੰ ਜਿਹੜਾ ਪੰਜਾਬ ਦਾ ਹੱਕ ਆ ਉਹ ਹੋਇਆ ਨੱਟਿਆ ਪੰਜਾਬ ਦਾ ਹੱਕ ਪੰਜਾਬ ਕੋਲੇ ਮੁੱਦਾ ਹੀ ਕੋਈ ਨੀ ਪੰਜਾਬ ਦੇ ਪਾਣੀਆਂ ਦਾ ਰਾਜ ਫਿਰ ਕਾਨੂੰਨ ਦੇ ਰਾਹੀ ਵੀ ਅਰੇ ਮੁੱਦਾ ਛੇੜੂਗੇ ਤੁਹਾਡੇ ਸਾਹਮਣੇ ਯਾਦ ਰੱਖਿਓ ਮੈਂ ਥੋੜੇ ਹੀ ਸਮਾਂ ਇਹਨਾਂ ਕਹਿਣਾ ਪੰਥ ਕਦਰੇ ਚ ਪੰਥ ਕਦਰੇ ਚ ਕਿਉਂ ਮੈਂ ਵਿਸਾਰ ਵਿੱਚ ਨਾ ਜਾਵਾਂ ਸਮਾਪਤੀ ਵੱਲ ਵਧਾ ਇਹ ਨਕਲੀ ਪੰਥ ਦੀਆਂ ਗੱਲਾਂ ਨਕਲੀ ਲੋਕ ਨਕਲੀ ਪੰਥ ਅਸਲ ਪੰਥ ਵਾਸਤੇ ਕੁਰਬਾਨੀ ਗੁਰੂ ਜੀ ਨੇ ਕੀ ਆਖਿਆ ਪੰਥ ਵਾਸਤੇ ਮੈਂ ਹੂੰ ਜਿਹੜਾ ਇਹ ਕਹਿੰਦੇ ਆ ਪੰਥ ਭਾਵੇਂ ਉੱਜੜ ਜਾਵੇ ਅਸੀਂ ਵਸਦੇ ਰਹੀਏ ਇਹਨਾਂ ਲੋਕਾਂ ਦੀ ਆਹ ਗੱਲ ਗੁਰੂ ਕੇ ਸੂਰਮੇ ਸੂਰਮੇ ਕਰਦੇ
ਸੰਗੀਆਂ ਦੇ ਪਰ ਜ਼ਿੰਦਗੀ ਦੇ ਵਿੱਚ ਧਾਰਨ ਨਹੀਂ ਹਾਰਿਆ ਆਪਣੇ ਤਖਤਾਂ ਦੇ ਦਰਸ਼ਨ ਕਰਨੇ ਆ
ਔਰ ਗੁਰਮੁਖ ਪਿਆਰ ਸੇਵਾ ਦਾ ਮੌਕਾ ਬਖਸ਼ਣਾ। ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਾਰੇ ਪਰਿਵਾਰ ਦਾ। ਆਓ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਮੈਂ ਆਪ ਤੋਂ ਖਿਮਾ ਚਾਹੁੰਦਾ। ਸਾਰੇ ਰਾਜਵੀ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ, ਜਿਹਨਾਂ ਦੀ ਰਹਿਮਤ ਦੇ ਸਦਕਾ, ਬਖਸ਼ਿਸ਼ ਦੇ ਸਦਕਾ ਆਪਾਂ ਇੱਥੇ ਹਾਜ਼ਰੀ ਭਰ ਸਕਦੇ ਹਾਂ। ਤੇ ਸਾਰੀਆਂ ਸੇਵਾਵਾਂ ਸਾਰੀਆਂ ਸਤਿਗੁਰ ਦੀ ਰਹਿਮਤ ਦੇ ਸਦਕਾ ਹੀ। ਗੁਰਮੁਖੋ ਬਾਣੀ ਪੜ੍ਹਨੀ, ਇਤਿਹਾਸ ਪੜ੍ਹਨਾ, ਸੁਣਨਾ, ਵਿਚਾਰਨਾ, ਹਿਰਦੇ ਚ ਵਸਾਉਣਾ, ਮੰਨਣਾ, ਸ਼ਰਧਾ ਭਾਵਨਾ ਨਾਲ ਪਿਆਰ ਇਤਫਾਕ ਏਕਤਾ ਬਣਾ ਕੇ ਆਪਾਂ ਭਾਈਚਾਰਕ ਸਾਂਝ ਬਣਾ ਕੇ ਨਗਰਾਂ ਦੇ ਬੜੇ ਵੱਡੇ ਪਾਰਟੀਆਂ ਦੇ ਨਾਂ ਤੇ ਅਕਾਲੀ ਆ ਗਏ ਤੇ ਕਾਂਗਰਸੀਆਂ ਦੇ ਦੇਹ ਪਰਚੇ ਪਵਾ ਦਿਓ, ਪਾਊਡਰ ਪਵਾ ਦਿਓ, ਚਿੱਟਾ ਚਲੋ ਜੇਲ੍ਹਾਂ ਚ, ਕਾਂਗਰਸ ਆ ਗਈ ਤੇ ਚਲੋ ਅਕਾਲੀ ਜੇਲ੍ਹਾਂ ਚ ਪਾਓ, ਚਿੱਟਾ ਪਾਓ, ਪਾਊਡਰ। ਇਹੋ ਜਿਹੀਆਂ ਪਾਰਟੀਆਂ ਬਾਜ਼ੀਆਂ ਤੋਂ ਰਹਿਤ ਹੋਈਏ, ਭਾਈਚਾਰਾ ਬਣਾਈਏ। ਪਾਰਟੀਆਂ ਆਉਂਦੀਆਂ ਜਾਂਦੀਆਂ ਨੇ, ਗੁਰਮੁਖ ਪਿਆਰੇ ਰਾਜ ਭਾਗ ਬਦਲਦੇ ਰਹਿੰਦੇ ਆ, ਪਰ ਅਸੀਂ ਆਪਣੇ ਪਿੰਡਾਂ ਦਾ, ਡੰਗਰਾਂ ਦਾ ਭਾਈਚਾਰਾ ਨਾ ਤਬਾਹ ਕਰੀਏ। ਆਪਸ ਵਿੱਚ ਸਾਰੇ ਭਾਈਚਾਰੇ ਪਿਆਰ ਨਾਲ, ਜਿਹੜੇ ਧੜੇ ਦੀ ਸਰਕਾਰ ਆ ਗਈ ਉਹਨਾਂ ਨੂੰ ਕਰੋ ਕੰਮ ਭਾਈ। ਸਕੂਲ ਕਾਲਜ ਬਣਾਓ, ਪਿੰਡ 'ਚ ਕੋਈ ਡਿਸਪੈਂਸਰੀ ਖੋਲੋ, ਗਲੀਆਂ ਨਾਲੀਆਂ ਪੱਕੀਆਂ ਕਰੋ, ਕੋਈ ਹੋਰ ਸੁੱਖ ਸਹੂਲਤ ਬਣਾਓ। ਇਹ ਨਹੀਂ ਵਿਰੋਧੀਆਂ ਦੀ ਸਰਕਾਰ ਆ ਗਈ ਤੇ ਆਪਾਂ ਗ੍ਰਾਂਟ ਲੱਗਣ ਹੀ ਨਹੀਂ ਦੇਣੀ, ਇਹਨਾਂ ਦਾ ਨਾਂ ਹੋਜੂ, ਆਪਣੀ ਗੱਲ ਥੱਲੇ ਹੋਜੂ। ਨਹੀਂ, ਇਹੋ ਜਿਹੀਆਂ ਜਿਹੜੀਆਂ ਸੋਹਣੀਆਂ ਗੁਰਮੁਖ ਪਿਆਰੇ ਸੋਚਾਂ, ਉਹਨਾਂ ਤੋਂ ਉੱਪਰ ਉੱਠੀਏ, ਆਪਣੇ ਨਗਰਾਂ ਦਾ, ਪਿੰਡਾਂ ਦਾ ਵਿਕਾਸ ਕਰੀਏ, ਨਗਰਾਂ ਪਿੰਡਾਂ ਦੇ ਅੰਦਰ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰੀਏ, ਸਾਰੇ ਭਾਈਚਾਰਕ ਏਕਤਾ ਸਾਂਝ ਕਾਇਮ ਕਰੀਏ। ਅਗਲੇ ਅਗਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ, ਉਹ ਮੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਸਰਬੱਤ ਦੇ ਭਲੇ ਦਾ ਦਿੰਦਾ। ਅਸੀਂ ਸਰਬੱਤ ਦੇ ਭਲੇ ਲਈ ਵੀ ਸ਼ਹਾਦਤਾਂ ਦੇ ਜਾਮ ਪੀਂਦੇ ਆ, ਆਪਣੀ ਕੌਮ ਆਣ ਸ਼ਾਨ ਵਾਸਤੇ ਵੀ ਸ਼ਹਾਦਤਾਂ ਦੇ ਜਾਮ ਪੀਂਦੇ, ਇਤਿਹਾਸ ਛੱਡਦੇ ਆ, ਮਨੁੱਖਤਾ ਦੀ ਸੇਵਾ ਕੀਤੀ ਆ। ਕਿਤੇ ਦੁਨੀਆਂ 'ਚ ਗੁਰਮੁਖ ਪਿਆਰੇ ਸੁਨਾਮੀ ਆਵੇ, ਤਬਾਹੀ ਆਵੇ, ਹੜ੍ਹ ਆਵੇ, ਭੁਚਾਲੇ ਆਵੇ, ਗੁਰੂ 'ਚ ਸਿੱਖ ਜਾ ਕੇ ਉੱਥੇ ਸੇਵਾ ਕਰਦੇ ਆ। ਤੇ ਅਸੀਂ ਬਾਹਰ ਜਾ ਕੇ ਨੇਪਾਲ 'ਚ ਲੰਗਰ ਲਾ ਦਿੱਤੇ, ਹੇਠੀ 'ਚ ਜਾ ਕੇ ਲੰਗਰ ਲਾ ਦਿੱਤੇ, ਪਰ ਅਸੀਂ ਆਪਸ ਵਿੱਚ ਕਿਉਂ ਇੰਨੇ ਗੁਰਮੁਖ ਪਿਆਰੇ ਦੂਰੀਆਂ ਬਣਾ ਲਈਆਂ ਨਗਰਾਂ ਦੇ ਵਿੱਚ? ਇੰਨੀ ਕਿਉਂ ਰਾਜਨੀਤੀ ਸਾਡੇ ਵਿੱਚ, ਇੰਨੀ ਸੋਹਣੀ ਗੰਦੀ ਸਿਆਸਤ ਕਿਉਂ ਪੈ ਗਈ ਹੈ? ਨਾਲੇ ਜਿਹਨਾਂ ਲੀਡਰਾਂ ਪਾਰਟੀਆਂ ਦੇ ਨਾਂ ਤੇ ਤੁਸੀਂ ਲੜਦੇ ਹੋ ਨਾ, ਸਕੇ ਭਰਾ ਘਰਾਂ 'ਚ ਕੰਧਾਂ ਕੱਢ ਲੈਂਦੇ ਹੋ, ਬਾਪ ਪੁੱਤ ਮਿਲਣੋ ਰਹਿ ਜਾਂਦੇ ਹੋ, ਕਹਿੰਦਾ ਮੇਰੀ ਆਹ ਪਾਰਟੀ, ਮੇਰੀ ਆਹ ਪਾਰਟੀ, ਮੇਰਾ ਆਹ ਲੀਡਰ, ਉਹ ਕਹਿੰਦਾ ਮੇਰਾ ਆਹ। ਇਹਨਾਂ ਵਾਸਤੇ ਤੁਸੀਂ ਇੱਥੇ ਸਿਰ ਪਾੜ ਕੇ ਥਾਣਿਓ ਥਾਣੀ ਹੋਏ ਫਿਰਦੇ ਹੋ ਨਾ, ਉਹ ਆਪਣੇ ਚੰਡੀਗੜ੍ਹ ਬੈਠੇ ਲੈਗ ਪੈਗ ਕੱਢਣਾ ਹੀ ਜਾਂਦਾ ਉਹਨਾਂ ਦਾ, ਉਹ ਖੁਸ਼ੀ ਗਮੀ ਸਾਰੇ ਇਕੱਠੇ ਹੀ ਹੁੰਦੇ ਆ। ਤੁਸੀਂ ਲੀਡਰਾਂ ਪਿੱਛੇ, ਪਾਰਟੀਆਂ ਪਿੱਛੇ ਲੜੀ ਜਾਂਦੇ ਹੋ, ਵੇਚ ਵੇਚ ਕੇ ਜ਼ਮੀਨਾਂ ਅਦਾਲਤਾਂ ਚ ਲਾਈ ਫਿਰਦੇ, ਕੋਰਟ ਕਚਹਿਰੀਆਂ ਚ, ਉਹ ਆਪਣੇ ਚੰਡੀਗੜ੍ਹ ਇਕੱਠੇ ਹੀ ਹੁੰਦੇ ਸਾਰੇ। ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਭਾਈਚਾਰਾ ਪਿਆਰ ਇਤਫਾਕ ਕਾਇਮ ਕਰੋ ਨਗਰਾਂ ਦੇ ਅੰਦਰ ਸਾਰੇ, ਤੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਭੁਲਾ ਲੋਕਾਂ ਦੀ ਖਿਮਾ ਝੁਕਾਓ ਸੀ ਇਸ ਗੁਰੂ ਨੂੰ, ਤੇ ਗੱਜ ਕੇ ਫਤਿਹ ਦੀ ਸਾਂਝ ਕਰਿਓ, ਪਿਆਰ ਭਰੀ ਆਸ਼ੀਰਵਾਦ ਬਖਸ਼ਿਓ, ਕੋਈ ਰਸਨਾ ਵਾਂਝੀ ਨਾ ਰਲਿਆ ਕੁਝ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿਰਫ ਦੋ ਚਾਰ ਬੇਨਤੀ ਜਿਹੜੀ ਹਾਜ਼ਰੀ ਉਹ ਤੁਹਾਡੇ ਨਾਲ ਲਗਾਉਣੀ, ਸਾਂਝੀ ਕਰਨੀ ਹੈ। ਸ਼ਹੀਦ ਭਾਈ ਜਸਪਾਲ ਸਿੰਘ ਹੁਣਾਂ ਦੀ ਅੱਜ ਪੰਜਵੀਂ ਬਰਸੀ 'ਤੇ ਅਸੀਂ ਇੱਥੇ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਉਸ ਮਹਾਨ ਸ਼ਹੀਦ ਨੂੰ ਆਪਣਾ ਸਤਿਕਾਰ ਭੇਟ ਕਰਦਾ, ਜਿੱਥੇ ਭਾਈ ਸਾਹਿਬ ਨੂੰ ਸਤਿਕਾਰ ਭੇਟ ਕਰਦਾ, ਉੱਥੇ ਮੈਂ ਪਰਿਵਾਰ ਨੂੰ ਵੀ ਕਰਦਾ ਕਿ ਉਹਨਾਂ ਨੇ ਆਪਣਾ ਇਹ ਨੌਜਵਾਨ ਜਿਹੜਾ ਪੋਤੇ ਆ ਉਹ ਸਿੱਖ ਪੰਥ ਦੀ, ਨਿਆਏ ਪੰਥ ਦੀ, ਆਜ਼ਾਦੀ ਦੀ ਲੜਾਈ ਦੇ ਵਿੱਚ ਜਿਹੜਾ ਉਹ ਪੰਥ ਨੂੰ ਦਿੱਤਾ। ਸਿੱਖ ਕੌਮ ਇਸ ਧਰਤੀ ਦੇ ਉੱਤੇ ਰੂਹ ਦੇ ਜੋਰ ਨਾਲ ਜਿਉਂਦੀ ਹੈ, ਤੇ ਰੂਹ ਦੇ ਜੋਰ ਨਾਲ ਜਿਉਣ ਵਾਲੀਆਂ ਕੌਮਾਂ ਦੁਨਿਆਵੀ ਤਾਕਤਾਂ ਵੱਲੋਂ ਲੱਭਣਾ ਦੱਬਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਉਹ ਹਰ ਵੇਲਾ ਉਹ ਵਰਤਦੀ ਹੈ ਜਿਹਦੇ ਨਾਲ ਉਹਦਾ ਨਿਆਰਾਪਨ, ਉਹਦੀ ਆਜ਼ਾਦੀ, ਉਹਦੀ ਬਾਦਸ਼ਾਹਤ ਨੂੰ ਜਿਹੜਾ ਉਹ ਖਤਮ ਕੀਤਾ ਜਾ ਸਕੇ। ਤੇ ਸ਼ਹੀਦ ਭਾਈ ਜਸਪਾਲ ਸੜਕਾਂ ਦੇ ਉੱਤੇ ਉਤਰੇ ਹੋਏ ਸੀ, ਅਸੀਂ ਵੀ ਉਤਰੇ ਹੋਏ ਸੀ, ਪਰ ਜਦੋਂ ਇਸ ਗੱਲ ਦੀ, ਇਸ ਘਟਨਾ ਦੀ ਸਾਨੂੰ ਖਬਰ ਮਿਲੀ ਤੇ ਮਨ ਝੰਜੋੜਿਆ ਗਿਆ, ਤੇ ਜਿਹੜਾ ਪੂਰਾ ਪੰਥ ਆ ਰੋਹ ਨਾਲ ਉਹ ਇਸ ਸਮਾਗਮ ਜਿਹੜਾ ਪਹਿਲੀ ਵਾਰ ਹੋਇਆ ਉਹਨਾਂ ਦੀ ਸ਼ਹਾਦਤ ਤੇ ਉਹਦੇ ਵਿੱਚ ਉਮੜਿਆ।
मेरे तो पहला सारे विद्वान सज्जना ने प्रचारक वीरां ने इस गल का बड़ा रंज जताया कि शहीद भाई जसपाल सिंह की शहादत का सानू इंसाफ नहीं मिलिया। जदों साडी सोच दे विच फर्क होवे उदों इंसाफ नहीं मिलता। जिहड़ी भाई जसपाल सिंह की शहादत आ और गोली जिहड़ी लगी आ भावे पंजाब पुलिस की लगी है पर जिहड़ी उस गोली नूं ताकत दिंदी ते सुरक्षा दिंदी आ उह भारत सरकार है। जिहदे विच सरकार आप इनवॉल्व होवे ते उहदे कोलों इह इंसाफ करना कि शहीद जिहड़ा साडा पुत्त होया उहदे जिहड़े कातल ने उहनूं सजावां दिओ इह अपने आप ते बड़ा भुलेखा है। भाई साहब की जिहड़ी शहादत आ उह पंजाब पुलिस ने नहीं कीती, सानूं इस गल की समझ होनी चाहीदी है। भाई साहब की शहादत भारत सरकार ने इंडियन स्टेट ने की है। जिन्ना चर असी इस गल समझते नहीं उन्ना चर गल अगे नहीं तुरनी। साडा जिहड़ा अर्ध चेतना उही सानू बार बार निराशा ते सानू गुस्सा लिया रही है। मैं एक मिसाल दे के गल समझाउणी चाहुंदा। आ साडे नाल जे एंड के जम्मू कश्मीर है, कश्मीर दे विच वी आजादी की लड़ाई लड़ी जा रही है। सानू एक मौका मिलिया उत्थे जाण दा, एक घटना वापरी सी उत्थे दो यंग नौजवान कुड़ियां जिहड़ियां के उस भाईचारे नाल मुस्लिम कुड़ियां सी उहनां नूं भारत सरकार दीआं जिहड़ियां फौजां ने सुरक्षा फोर्सां ने उहनां ने चक के उहनां दा रेप कीता ते उहनां नूं नदी दे विच सुट दित्ता। थोड़े दिन उत्थे बड़ा इस गल की चर्चा चली, रोस मुजहारे होए ते असीं वी एक मौके गए। असी जो उसे जाके बैठे परिवार न गल हुई, उन्होंने एक छोटा बच्चा सी 8-10 साल का, असी उन्हें पूछा भी की होया है। वो कहता मेरी भैन को रेप करके मार दिता गया। असी उन्हें पूछा किन मारिया, वो ने नहीं कहा कि फौज ने मारिया, वो कहता इंडिया ने मारिया, वो कहता भारत ने मारिया। मैं उतों इस गल का अंदाजा लाया कि उन्होंने साडे नालों बहुत वड्डी चेतना है, ਉਹ ਸਾਡੇ ਨਾਲੋਂ ਬਹੁਤ ਅੱਗੇ ਜਾ ਕੇ ਸੋਚਦੇ ਨੇ। ਅਸੀਂ ਸਾਰਾ ਰੋਸ ਤੇ ਰੰਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਕਰਦੇ ਪਏ ਹਾਂ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਨੂੰ ਇਹ ਚੀਜ਼ਾਂ ਤਾਕਤ ਕੌਣ ਦਿੰਦੀਆਂ ਨੇ, ਜਿਹੜੀ ਉਹਨਾਂ ਨੂੰ ਤਾਕਤ ਅੱਧੀ ਫੋਰਸ ਮਿਲੀ ਹੋਈ ਹੈ ਕਿ ਕਿਤੇ ਕੋਈ ਜਵਾਬਦੇਹੀ ਨਹੀਂ ਹੈਗੀ। ਤੁਸੀਂ ਕੋਰਟ ਕਚਹਿਰੀ 'ਚ ਕੇਸ ਲੜਦੇ ਪਰਿਵਾਰ ਨੂੰ ਹੋ ਗਏ, ਅਸੀਂ ਵੀ ਸੁਣਦੇ ਹਾਂ, ਅਸੀਂ ਵੀ ਇਸ ਗੱਲ ਦਾ ਜਿਹੜਾ ਦੁੱਖ ਮਨਾਉਂਦੇ ਹਾਂ ਕਿ ਸਾਡੀ ਕਿਤੇ ਸੁਣਵਾਈ ਨਹੀਂ, ਕਿਉਂਕਿ ਸਰਕਾਰ ਆਪ ਉਹਦੇ ਵਿੱਚ ਇਨਵੋਲਵ ਤੇ ਉਹ ਚਾਹੁੰਦੀ ਨਹੀਂ ਕਿ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਹੋਵੇ। ਮੈਂ ਦੂਜੀ ਗੱਲ ਇਹਦੇ ਨਾਲ ਹੋਰ ਜੋੜਦਾ, ਕੱਲ ਸਾਨੂੰ ਮੌਕਾ ਮਿਲਿਆ ਨਕੋਦਰ ਜਾਣ ਦਾ। ਜੋ 1986 ਦੇ ਵਿੱਚ ਕੱਲ ਦੇ ਦਿਨ ਜਿਹੜਾ ਕੱਲ ਦਾ ਦਿਨ ਬੀਤਿਆ, 1986 ਦੇ ਵਿੱਚ ਇੱਕ ਨਕੋਦਰ ਸਾਕਾ ਹੋਇਆ ਸੀ। ਸ਼ਾਇਦ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਪਤਾ ਹੋਵੇ, ਉਹਨਾਂ ਦਿਨਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਔਰ ਉਸ ਬੇਅਦਬੀ ਦੇ ਰੋਸ ਦੇ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ ਨਕੋਦਰ ਦੇ ਵਿੱਚ ਤੇ 4 ਨੌਜਵਾਨਾਂ ਨੂੰ ਪੁਲਿਸ ਨੇ ਗੋਲੀ ਨਾਲ ਕਤਲ ਕਰ ਦਿੱਤਾ ਸੀ ਤੇ ਉਹਨਾਂ ਦੀ ਕੱਲ ਉੱਥੇ ਸ਼ਹੀਦੀ ਸਮਾਗਮ ਸੀ, ਉੱਥੇ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ। ਇਹ ਜਿਹੜੀਆਂ ਸ਼ਹਾਦਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਹਨੂੰ ਸਮਝਣ ਦੀ ਲੋੜ ਹੈ। ਨਾ ਬੇਅਦਬੀਆਂ ਰੁਕ ਰਹੀ ਹੈ ਤੇ ਨਾ ਹੀ ਜਿਹੜੀਆਂ ਸ਼ਹਾਦਤਾਂ ਦਾ ਜਿਹੜਾ ਦੌਰ ਹੈ ਖਤਮ ਹੋ ਰਿਹਾ ਹੈ। ਇਹ ਕਿਉਂ ਨਹੀਂ ਹੋ ਰਿਹਾ? ਕਿਉਂਕਿ ਅਸੀਂ ਭਾਰਤ ਦੇ ਅੰਦਰ ਗੁਲਾਮ ਆ ਤੇ ਗੁਲਾਮਾਂ ਨਾਲ ਸਰਕਾਰਾਂ ਇੰਝ ਹੀ ਕਰਦੀਆਂ ਨੇ। ਜੇ ਅਸੀਂ ਇਹਨਾਂ ਸਾਰੀਆਂ ਸ਼ਹਾਦਤਾਂ ਨੂੰ ਸਬਕ ਨਾ ਸਿੱਖਿਆ ਤੇ ਮੈਂ ਇਹ ਸਮਝਦਾ ਕਿ ਅਸੀਂ ਪਤਾ ਨਹੀਂ ਹੋਰ ਕਿੰਨੇ ਭਾਈ ਜਸਪਾਲ ਸਿੰਘ ਕਰਕੇ ਆਪਣੇ ਨੌਜਵਾਨ ਪੁੱਤ ਮਰਵਾਵਾਂਗੇ ਇਹਨਾਂ ਕੋਲ। ਸੋ ਜਿਹੜੀ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਆ ਉਹ ਸਾਨੂੰ ਇਹ ਮੈਸੇਜ ਦੇ ਰਹੀ ਆ ਕਿ ਇੱਥੇ ਇਹ ਸ਼ਹਾਦਤਾਂ ਦਾ ਦੌਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੀ ਰੁਕ ਸਕਦੀ ਹੈ ਕਿ ਸਿੱਖ ਇਸ ਧਰਤੀ ਤੇ ਆਜ਼ਾਦ ਹੋ ਕੇ ਆਪਣਾ ਮੁਲਕ ਸਿੱਜ ਕੇ ਜਿਉਣਗੇ। ਸੋ ਭਰਾਓ ਇੱਕ ਗੱਲ ਸਮਝ ਲਓ ਕਿ ਜੇ ਇੱਥੇ ਤੁਸੀਂ ਆਪਣੇ ਹੱਕਾਂ ਤੇ ਹਕੂਕਾਂ ਨਾਲ ਜਿਉਣਾ, ਜੇ ਮਾਣ ਤੇ ਸਤਿਕਾਰ ਨਾਲ ਜਿਉਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕ ਕੇ ਸਤਿਕਾਰ ਰੱਖ ਕੇ ਜਿਉਣਾ ਤੇ ਆਪਣੇ ਦੇਸ਼ ਦੀ ਬੇਹੱਦ ਲੋੜ ਹੈ। ਉਹ ਦਿਨ ਮਨਾਉਣੇ ਚੰਗੇ ਨੇ
पर इस आजादी संघर्ष को अगे लैके जाना भी साडा काम है। खास करके नौजवान वीरों सानू सिर जोड़ के हमला मारना चाहिए और पंथ नू इस धरती ते आजाद करन लई अपना बनता रोल प्ले करना चाहिए। मैं समझता कि यही सच्ची सुची श्रद्धांजलि भाई जसपाल सिंह ते होर उन्हां महान शहीदां नू होवेगी जिहड़े सिख पंथ की आजादी लई जां गुरु साहिब दे सत्कार लई जां सिख पंथ दे मान सम्मान लई शहादत दे के गए ने। सो मैं इनियां बेनतियां जिहड़ियां उह कह के फतेह जाना। वाहिगुरु जी का खालसा वाहिगुरु जी की फतेह। ਸਰਕਾਰਾਂ ਨੇ ਜਿਹੜੇ ਇਹ ਹੁਕਮ ਰਾਨੇ ਜਿਹੜੇ ਇਹ ਉੱਥੇ ਬਹਿ ਕੇ ਅਕਾਲ ਤਖ਼ਤ ਸਾਹਿਬ ਤੋਂ ਜਿੱਥੋਂ ਸਾਰੀ ਮਨੁੱਖਤਾ ਵਾਸਤੇ ਸੰਦੇਸ਼ ਦੇ ਤੌਰ ਤੇ ਜਿਹੜੇ ਆ ਉਹ ਐਲਾਨੇ ਜਾਣੇ ਚਾਹੀਦੇ ਸੀ। ਉੱਥੋਂ ਇਹ ਹੁਕਮ ਰਾਨਾ ਤੇ ਇੰਨਾ ਜ਼ਿਆਦਾ ਸਰਕਾਰ
ਬੀਬੀ ਸਿਮਰਜੀਤ ਕੌਰ ਜਿਹਦੇ ਅੰਦਰ ਦੀ ਕੂਕ ਹਿਰਦੇ ਵਿੱਚੋਂ ਸ਼ਹੀਦਾਂ ਪ੍ਰਤੀ ਪਿਆਰ ਗੁਰੂ ਘਰ ਪ੍ਰਤੀ ਪਿਆਰ ਬਖੂਬੀ ਛੱਲਾਂ ਮਾਰਦਾ ਹੈ ਸੋਹਣਾ ਆਨੰਦ ਸਾਹਿਬ ਜੀ ਦਾ ਜਾਪ ਹੋਵੇਗਾ ਨਾਲ ਦੀ ਨਾਲ ਜਿਹੜੇ ਸ਼ਹੀਦ ਪਰਿਵਾਰ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ ਦੇ ਨੇੜੇ ਆਉਣ ਉਹਨਾਂ ਨੂੰ ਸੁਰਵਾਤ ਦੀ ਕੋਸ਼ਿਸ਼ ਕੀਤੀ ਜਾਵੇ ਸਾਡਾ ਗੁਰਬਾਣੀ
ਵਾਹਿਗੁਰੂ ਜੀ ਕੀ
ਸਤਿ ਦੁਰਾ ਗਿਆ ਭਈਆ ਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਗੁਰੂ ਮਾਨਿਓ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਹੋਸ਼ ਹੋਜ ਸ਼ਬਦ ਮਨ ਰਾਜ ਕਰੇਗਾ ਕਾਲ ਆਕੀ ਰਹਿ ਸਰਣ
ਬੇਨਤੀ ਸੰਤ ਨੂੰ ਵੀ ਕਰਦਾ ਕਿ ਸਾਡਾ ਵੱਧ ਵੱਧ ਸਹਿਯੋਗ ਦਿੱਤਾ ਜਾਏ, ਜਿਹਦੇ ਵਿੱਚ ਅਸੀਂ ਇਹ ਜਾਲਮਾਂ ਨੂੰ
ਜਿਹੜੀ ਉਹ ਸਜ਼ਾ ਦਵਾ ਸਕੀਏ। ਅਸੀਂ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ, ਅਸੀਂ ਜਦੋਂ ਤੱਕ ਜੀਣਿਆ ਆਪਣਾ ਕੇਸ ਲੜਦੇ ਰਹਾਂਗੇ, ਇਹਨਾਂ ਨੂੰ ਸਜ਼ਾ ਦਵਾ ਕੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।